ਕਿਹੜੇ ਕੋਲ ਹੁੰਦੇ ਭਾਈ ਨਾਲ ਪੈਸ ਦੀ ਅਬ ਕਿਹੜੇ ਗੁੱਸੇ ਚਾ ਕੇ ਧੱਕਾ ਦੇਤਾ ਉਹ ਪਿੱਛੇ ਨੂੰ ਗਿਰ ਗਈ ਗਿਰ ਕੇ ਵੇ ਹੋ ਮੈਨੂੰ ਉਜਾੜ ਕੇ ਰੱਖਦਾ ਮੁੱਗੇ ਉਹ ਮੇਰੀ ਮੇਰੀ ਜਾਨ ਨੂੰ ਮਾਰਤਾ ਮੁੱਗੇ ਨੇ ਮੁੱਗੇ ਨੇ ਧੱਕਾ ਦਿੱਤਾ ਉਹ ਮੁੱਗੇ ਦੇ ਕੁੜਮ ਦੇ ਭਾਈ ਨਾਲ ਬਹਿਸ ਦਿੱਤੀ ਉਹ ਮੁੱਗੇ ਨੇ ਗੁੱਸੇ 'ਚ ਆ ਕੇ ਧੱਕਾ ਦਿੱਤਾ ਉਹ ਪਿੱਛੇ ਨੂੰ ਗਿਰ ਗਈ ਗਿਰ ਕੇ ਬੇਹੋਸ਼ ਹੋ ਗਈ ਅਸੀਂ ਹਸਪਤਾਲ ਆਏ ਸਾਡੀ ਹਾਲੇ ਤੱਕ ਮਲਾਰ ਨਹੀਂ ਕੱਟਣ ਦਿੱਤੀ ਮੁੱਗੇ ਨੇ ਉਹ ਮੇਰੇ ਗੋਲੀ ਮਾਰ ਦਿੰਦਾ ਵੀਰੇ ਅੱਜ ਵੀ ਮੇਰੇ ਡੰਡੇ ਮਾਰੇ ਉਹਨੇ ਅੱਜ ਵੀ ਡੰਡੇ ਮਾਰੇ ਉਹਨੇ ਹਾਏ ਮੇਰੇ ਰੱਬਾ ਦੋਸਤੋ ਤੁਸੀਂ ਪ੍ਰੈਸ਼ਰ ਬਣਾਉਂਗੇ ਤਾਂ ਮੇਰੀ ਜਾਨ ਦੀ ਆਤਮਾ ਨੂੰ ਸ਼ਾਂਤੀ ਮਿਲੂਗੀ ਜਦੋਂ ਮੈਂ ਲਾਰ ਕੱਟੀ ਜਾਊਗੀ ਜਦੋਂ ਐਫ ਆਈ ਆਰ ਹੋਊਗੀ ਬਸ ਜੀ ਮੈਂ ਹੋਰ ਨਹੀਂ ਕੁਝ ਕਹਿ ਸਕਦਾ ਇਹ ਜੀ ਤਕਰੀਬਨ ਦੁਪਹਿਰ ਦੇ ਜਿਵੇਂ 2:55 PM ਕਰਕੇ ਪੇਸ਼ੈਂਟ ਆਇਆ ਅਤੇ ਆਪਣਾ ਇਹਨਾਂ ਦੀ MLR ਕੱਟੀ ਆਪਾਂ ਦਵਿੰਦਰ ਸਿੰਘ ਸੀਗੇ ਅਤੇ ਨਾਲ ਉਹਨਾਂ ਦੀ ਪਤਨੀ ਆਈ ਸੀਗੀ ਅਤੇ ਦਵਿੰਦਰ ਸਿੰਘ ਉਹਨਾਂ ਨੇ ਆਪ ਦੱਸਿਆ ਕਿ ਉਹਨਾਂ ਦਾ MLR ਕਟਾਉਣਾ ਉਹਨਾਂ ਨੇ ਠੀਕ ਹੈ ਜਦੋਂ ਮੈਂ ਕਮਰੇ 'ਚ ਬੈਠਾ ਸੀ ਅਤੇ ਉਹਨਾਂ ਦਾ MLR ਕੱਟਿਆ ਗਿਆ
ਵਾਈਫ ਦੀ ਕੰਪਲੇਂਟ ਸੀਗੀ ਕਿ ਉਹਨਾਂ ਦਾ ਸਿਰ ਦਰਦ ਹੈ ਅਤੇ ਉਲਟੀਆਂ ਹੈ, ਅਤੇ ਪਿੱਛੇ ਉਹਨਾਂ ਨੂੰ ਇੱਥੇ ਆਉਣ ਤੋਂ ਪਹਿਲੇ ਇੱਕ ਵਾਰੀ ਜਿਵੇਂ ਗਿਰਵੀ ਦਾ ਦੌਰਾ ਜਿਹਾ ਪੈਂਦਾ ਉੱਦਾਂ ਹੋਇਆ ਸੀ, ਅਤੇ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਵੀ ਇਹਨਾਂ ਦਾ, ਉਹ ਕਹਿੰਦੇ ਇਹਨਾਂ ਦਾ ਕੋਈ ਅਮਲਾਰ ਨਹੀਂ, ਅਤੇ ਇੰਨੇ ਘਬਰਾ ਗਏ ਅੱਜ ਸਾਨੂੰ ਦੇਖ ਕੇ ਸਾਡੀ ਲੜਾਈ ਨੂੰ ਕਿ ਇੱਦਾਂ ਇਹਨਾਂ ਦੀ ਹਾਲਤ ਹੋਈ। ਅਤੇ ਜੋ ਮੌਜੂਦਾ MLR ਜਾਂ ਇਲਾਜ ਬਣਦਾ ਸੀ ਦਵਿੰਦਰ ਸਿੰਘ, ਉਹਨਾਂ ਦਾ ਕੀਤਾ ਗਿਆ, ਉਹਦੇ ਬਾਅਦ ਉਹਨੂੰ ਡਿਸਟ੍ਰਿਕਟ ਹੋਸਪਿਟਲ ਫਤਿਹਗੜ੍ਹ ਭੇਜਿਆ ਗਿਆ। ਉੱਦਾਂ ਹੀ ਆਪਾਂ ਜਿਹੜੇ ਮਾਤਾ ਜੀ ਸੀਗੇ ਅਮਰਜੀਤ ਕੌਰ, ਉਹਨਾਂ ਨੂੰ ਵੀ ਇੰਜੈਕਸ਼ਨ ਲੱਗੇ, ਜੋ ਟ੍ਰੀਟਮੈਂਟ ਬਣਦਾ ਸੀ ਉਸ ਮੌਕੇ 'ਤੇ ਆਪਾਂ ਅੱਗੇ ਫਰਦਰ ਉਹਨਾਂ ਨੂੰ ਡਿਸਟ੍ਰਿਕਟ ਹੋਸਪਿਟਲ ਫਤਿਹਗੜ੍ਹ ਭੇਜਿਆ ਗਿਆ, ਜਿੱਥੇ ਉਹਨਾਂ ਨੇ ਅੱਗੇ ਡਾਕਟਰਾਂ ਨੇ ਸਟਾਫ ਨੇ ਦੇਖਿਆ, ਉਹਨਾਂ ਨੂੰ ਲੋੜ ਲੱਗੀ ਇਹਨਾਂ ਨੂੰ ਅੱਗੇ ਵੱਡੇ ਹਸਪਤਾਲ ਹੋਰ ਭੇਜਣਾ, ਉਹਨਾਂ ਦੀ ਮੌਕੇ 'ਤੇ ਰਾਸਤੇ ਵਿੱਚ ਡੈਥ ਹੋਈ ਸੀ। ਇਹ ਕੋਈ ਹੋਰ ਵੀ ਐਡਮਿਟ ਸੀ ਜਿਹਨਾਂ ਨਾਲ ਕੋਈ ਬੰਦਾ ਲੜਾਈ ਵੀ ਕਰਦੇ ਆ? ਬਸ ਉਹ ਆਪਣਾ ਮੇਰੇ ਖਿਆਲ ਜਿਹਨਾਂ ਨਾਲ ਲੜਾਈ ਹੋਈ ਹੈ ਜੀ ਉਹ ਹੈ, ਪਰ ਉਹ ਜਿਵੇਂ ਮੇਰੀ ਡਿਊਟੀ 'ਚ ਨਹੀਂ ਆਏ, ਦੂਜੇ ਡਾਕਟਰ ਸਾਹਿਬ ਦੀ ਡਿਊਟੀ 'ਚ ਆਏ ਨੇ। ਕੋਈ ਹੋਰ ਵੀ ਐਮਲਾਰ ਕੱਟੀ ਫਿਰ ਉਹ ਉਹਨਾਂ ਨੂੰ ਪਤਾ ਹੋਣਾ ਜੀ। ਸਰ ਤੂੰ ਕਿੱਥੇ ਭੇਜਿਆ ਸੀਗਾ? ਡਿਸਟ੍ਰਿਕਟ ਹੋਸਪਿਟਲ 'ਚੋਂ ਆਪਾਂ ਸਿਵਲ ਹੋਸਪਿਟਲ ਉੱਥੋਂ ਅਮਰ ਉੱਥੋਂ ਜਿਹੜੇ ਭੇਜਿਆ ਆਪਣਾ 32 ਸੈਕਟਰ ਹੋਸਪਿਟਲ ਰਸਤੇ ਦੇ ਵਿੱਚ। ਹਾਂਜੀ ਬਿਲਕੁਲ ਰਸਤੇ 'ਚ ਪਹੁੰਚ। ਮਾਮਲਾ ਸੀਗਾ ਜੀ ਇਹ ਜੀ, ਅੱਜ ਦੁਪਹਿਰੇ ਪੁਲਿਸ ਨੂੰ ਸੂਚਨਾ ਮਿਲੀ ਸੀ ਵੀ ਸਤਵਿੰਦਰ ਬੁੱਗਾ ਅਤੇ ਦਵਿੰਦਰ ਭੁੱਲਾ ਦੋ ਭਰਾਵਾਂ ਦਾ ਰੌਲਾ ਹੈ, ਇਹਨਾਂ ਦੀ ਆਪਸ 'ਚ ਖੇਤ ਵਿੱਚ ਬਹਿਸਬਾਜ਼ੀ ਲੜਾਈ ਹੋ ਰਹੀ ਹੈ। ਮੌਕੇ 'ਤੇ SHO ਸਾਹਿਬ ਚਲੇ ਗਏ ਸੀ ਅਤੇ ਦਵਿੰਦਰ ਭੁੱਲਾ ਅਤੇ ਉਸਦੀ ਵਾਈਫ ਖੇੜੇ ਹੋਸਪਿਟਲ ਦੇ ਵਿੱਚ ਆਏ ਸੀ, ਜਿੱਥੋਂ ਇਹਨਾਂ ਨੂੰ ਅੱਗੇ ਸਿਵਲ ਹੋਸਪਿਟਲ ਫਤਿਹਗੜ੍ਹ ਸਾਹਿਬ ਰੈਫਰ ਕੀਤਾ ਗਿਆ ਸੀ। ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਵਾਈਫ ਨੇ ਇਹਨਾਂ ਨੂੰ ਸੀਜ਼ਰ ਆ ਰਹੇ ਸੀ, ਜਾਂ ਜੋ ਸਾਨੂੰ ਹਜੇ ਤੱਕ ਇਨਫੋਰਮੇਸ਼ਨ ਮਿਲੀ ਹੈ ਵੀ ਇਹਨਾਂ ਨੂੰ ਸੀਜ਼ਰ ਆ ਰਹੇ ਸੀ, ਅਤੇ ਇਹਨਾਂ ਨੂੰ ਅੱਗੇ 32 ਦੇ ਵਿੱਚ ਰੈਫਰ ਕੀਤਾ ਗਿਆ ਸੀ। ਰਸਤੇ ਵਿੱਚ ਜਾਂਦੇ ਹੋਏ ਇਹਨਾਂ ਦੀ ਡੈਥ ਹੋ ਗਈ, ਦਵਿੰਦਰ ਭੋਲੇ ਦੀ ਵਾਈਫ ਦੀ। ਅਤੇ ਉਸ ਤੋਂ ਬਾਅਦ ਰਸਤੇ 'ਚੋਂ ਹੀ ਇਹ ਖੇੜੇ ਹੋਸਪਿਟਲ ਆ ਗਏ, ਅਤੇ ਜੋ ਹੁਣ ਇਸ ਤੋਂ ਬਾਅਦ ਪੋਸਟਮਾਰਟਮ ਦੀ ਰਿਪੋਰਟ ਹੋਏਗੀ ਉਸ ਹਿਸਾਬ ਨਾਲ ਅਸੀਂ ਅੱਗੇ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ। ਕਿ ਸਾਡੇ ਕਿੱਥੋਂ ਤੋਂ ਆਈ ਕਿ ਸਮਝ ਕਿੱਥੇ ਲੱਗੀ ਜੀ? ਨਹੀਂ ਹਜੇ ਤੱਕ ਸਾਡੇ ਕੋਲ ਕੋਈ ਰਿਪੋਰਟ ਨਹੀਂ, ਮੈਡੀਕਲ ਰਿਪੋਰਟ ਜਦੋਂ ਆਏਗੀ ਅਸੀਂ ਉਸ ਬੇਸਿਸ 'ਤੇ ਕਰਵਾਈ ਕਰਾਂਗੇ। ਦਵਿੰਦਰ ਸਿੰਘ ਉਹਨਾਂ ਨੇ ਆਰੋਪ ਲਾਏ ਜਾ ਰਹੇ ਕਿ ਸਤਵਿੰਦਰ ਬੁੱਗਾ ਵੱਲੋਂ ਧੱਕਾ ਮਾਰਿਆ ਜਾਂ ਤਾਂ ਮੌਤ ਦੇ ਕਾਰਨ, ਜਿਹੜੇ ਦੋਸ਼ ਲਾਏ ਜਾ ਰਹੇ ਉਹਦੇ ਕਿਵੇਂ ਜੀ? ਬਿਲਕੁਲ ਦਵਿੰਦਰ ਜੀ, ਦਵਿੰਦਰ ਬੁੱਗਾ ਦਵਿੰਦਰ ਭੋਲਾ ਇਹੀ ਗੱਲ ਕਹਿ ਰਹੇ ਨੇ ਵੀ ਸਤਵਿੰਦਰ ਬੁੱਗੇ ਨੇ ਮੇਰੀ ਵਾਈਫ ਨੂੰ ਧੱਕਾ ਮਾਰਿਆ ਸੀ ਜਿਹਦੇ ਕਰਕੇ ਉਹਦੀ ਸੱਟ ਵੱਜੀ ਸੀ ਸਿਰ 'ਤੇ। ਬਟ ਜਦੋਂ ਤੱਕ ਸਾਡੇ ਕੋਲ ਮੈਡੀਕਲ ਰਿਪੋਰਟ ਆਏਗੀ ਉਸ ਤੋਂ ਬਾਅਦ ਹੀ ਅਸੀਂ ਕੋਈ ਕਾਰਵਾਈ ਅੱਗੇ ਪ੍ਰੋਸੀਡ ਕਰਾਂਗੇ। ਇਹਦੇ ਵਿੱਚ ਇਹਨਾਂ ਦੀ ਹਜੇ ਸਟੇਟਮੈਂਟ ਲੈਣੀ ਲੈ ਕੇ ਅਤੇ ਜੋ ਮੈਡੀਕਲ ਰਿਪੋਰਟ ਹੋਏਗੀ ਉਸ ਬੇਸਿਸ 'ਤੇ ਅਗਲੀ ਕਾਰਵਾਈ ਹੋਏਗੀ। ਠੀਕ ਹੈ ਜੀ।